ਉਜਲੇ ਕੀਤੀ ਛੁਟੀ ਨਾਮ ਧਿਆਨ
ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਰੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮਰੀ ਗੱਤ ਮਿੱਤ ਤੁਮਹੀ ਜਾਣੀ, ਨਾਨਕ ਦਾਸ ਅਰਦਾਸ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਾਸ ਬੇਨਤੀ ਜੋੜੀ ਜਿਹਾ ਜੀ ਲਿਖਿਆ ਤੇਰਾ ਹੁਕਮ ਕਮਾਏ ਕੱਲਹਿ ਆਵੇ ਨਾਨਕਾ ਸਦੈ ਉੱਠੀ ਜਾਏ ਮਾਵਾ ਕਾਨਸਾਰ ਅਰ ਅਪਜੀ ਦੇ ਧਰ ਧਰ ਦੇ ਸੇਵਕ ਸਰਦਾਰ ਕੁਲਵੰਤ ਸਿੰਘ ਜੀ ਦਿੱਤੇ ਹੋਏ ਸਵਾਸਾਂ ਨੂੰ ਭੋਗਦੇ ਆ ਜੀਵਨ ਆ ਜੋ ਪੂਰਨ ਕਰ ਆਪ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਪਰਿਵਾਰ ਨੇ ਭਾਣਾ ਮਨ ਆਪ ਜੀ ਦਾ ਉਹ ਆਸਰਾ ਲਿਆ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਸੰਗਤ ਰੂਪ ਵਿੱਚ ਅੰਤਿਮ ਅਰਦਾਸ ਲਈ ਇਕੱਤਰ ਹੋਇਆ ਇਲਾਹੀ ਬਾਣੀ ਦੇ ਕੀਰਤਨ ਹੋਏ ਗੁਰਮਤ ਵਿਚਾਰਾਂ ਹੋਈਆਂ ਅਨੰਦ ਸੱਚ ਪੌੜੀਆਂ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਸੁਣਦਾ ਸੇਵਾ ਸਿਮਰਨ ਕਰਨ ਦਾ ਬਲ ਉਤਸ਼ਾਹ ਬਖਸ਼ਣਾ ਪਰਿਵਾਰ ਵੱਲੋਂ ਸੰਗਤ ਵੱਲੋਂ ਪੜੀ ਸੁਣੀ ਬਾਣੀ ਦਾ ਭਾਵ ਕੀਤੀ ਹੋਈ ਸੇਵਾ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਬਖਸ਼ਣਾ ਗੁਣਾ ਔਗੁਣਾ ਵਾਹਿਗੁਰੂ ਜੀ ਕੇ ਫਤਿਹ। ਰਾਣਾ ਰਾਉ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਬਰੀ ਆਪੋ ਆਪਣੀ ਕੋਈ ਨਾ ਬੰਦੈ ਧੀਰ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹਲਾ ਪਹਿਲਾ ਪਾਂਡਾ ਹੱਛਾ ਸੋਏ ਜੋ ਜਿਸ ਭਾਵ ਸੀ ਪਾਂਡਾ ਯਤ ਮਲੀਣਾ ਤੋਤਾ ਹੱਛਾ ਨਾ ਹੋਏ ਸੀ ਤੈ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗੁਰਬਖਸ਼ ਸਾਹਿਬ ਸਿੰਘ ਸਤਿਗੁਰਾਂ ਦੇ ਹੁਕਮ ਅਨੁਸਾਰ ਵਿਛੜੀ ਹੋਈ ਆਤਮਾ ਨੂੰ ਕੀਰਤਨ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਆਪ ਸਭ ਨੇ ਪਰਿਵਾਰ ਨਾਲ ਮਿਲ ਕੇ ਸਤਿਗੁਰਾਂ ਦੇ ਸਨਮੁੱਖ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰ ਕਿਰਪਾ ਕਰਨ, ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਣ। ਸੋ ਨਿਹਾਲ ਜੋ ਜ਼ਿੰਮੇਵਾਰੀਆਂ ਅੱਜ ਤੱਕ ਸਰਦਾਰ ਕੁਲਵੰਤ ਸਿੰਘ ਜੀ ਨੇ ਨਿਭਾਈਆਂ ਅੱਜ ਤੋਂ ਬਾਅਦ ਇਹ ਜ਼ਿੰਮੇਵਾਰੀਆਂ ਚਾਹੇ ਪਰਿਵਾਰਕ ਨੇ, ਸਮਾਜਿਕ ਨੇ, ਚਾਹੇ ਦੁਨਿਆਵੀ ਕੋਈ ਵੀ ਜ਼ਿੰਮੇਵਾਰੀਆਂ ਨੇ, ਸਤਿਗੁਰਾਂ ਦੀ ਹਜ਼ੂਰੀ ਵਿੱਚ ਆਪ ਸਭ ਸੰਗਤ ਦੀ ਅਰਦਾਸ ਹੈ ਵੀ ਉਹ ਜ਼ਿੰਮੇਵਾਰੀਆਂ ਨੂੰ ਇਹ ਨਿਭਾ ਸਕਣ
ਪਰਿਵਾਰ ਇਸੇ ਤਰ੍ਹਾਂ ਇਕੱਠਾ ਹੋ ਕੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਦਾ ਰਹੇ। ਗੁਰਬਾਣੀ ਇਸ ਵੱਲ ਤੇ ਸਾਨੂੰ ਹੌਸਲਾ ਦਿੰਦੀ ਹੈ। ਜਾਣਾ ਸਭ ਨੇ ਇਸ ਦੁਨੀਆਂ ਤੋਂ ਚਲੇ ਜਾਣਾ ਹੈ, ਪਰ ਯਾਦਾਂ ਥੱਲੇ ਨਾਲ ਸਾਡੇ ਕੋਲ ਰਹਿ ਜਾਂਦੀਆਂ ਨੇ, ਉਹਨਾਂ ਯਾਦਾਂ ਨੂੰ ਹਿਰਦੇ ਵਿੱਚ ਚੇਤਨਾ ਹੈ। Thank you.
ਪਿਆਰ
Oh,
मेरी जात कमीनी पाक कमीनी
ਕਰਨਾ ਪੂਜ ਲਗਨ ਤਿਰਨਾ
ਸਚ ਤਰ ਜਾ ਜਗਰੂਤ ਹੈ ਜਾਣਵੇ ਹੋਰੇ ਮੀ ਸ਼ਾਹ ਮੇਰਾ
ਪਤਨਾ ਸਵਾਰਾ ਸਾਂਝ ਭਲੀ ਦਹਿ ਦਿਸੀ ਅੰਧਿਆਰ ਜੋਤੀ ਸੈ
Thank you.
ਜਾਗ ਰਚਨਾ
ਜਿਸ ਤਰ੍ਹਾਂ ਸਤਿਗੁਰੂ ਜੀ ਦਾ ਕਲ ਪ੍ਰਮਾਣ ਹੈ ਮਰਨ ਲਿਖਾਏ ਮੰਡਲ ਮਹਿਆ, ਜਿਸ ਤਰ੍ਹਾਂ ਕੋਈ ਗੁਰੂ ਸਵਾਰੀ ਮੈਡੀਸਨ ਫਰਮ ਮਾਰਕੀਟ ਵਿੱਚ ਮੈਡੀਸਨ ਭੇਜਦੀ ਹੈ ਨਾ, ਤੇ ਉਹਦੀ ਐਕਸਪਾਇਰੀ ਡੇਟ ਪਹਿਲਾਂ ਪਾ ਦਿੰਦੀ ਹੈ। ਉਸੇ ਤਰ੍ਹਾਂ ਸਤਿਗੁਰੂ ਜੀ ਦਾ ਅਟਲ ਪ੍ਰਮਾਣ ਹੈ ਮਰਨ ਲਿਖਾਏ ਮੰਡਲ ਮਹਿਆ। ਮਰਨਾ ਪਹਿਲਾਂ ਲਿਖਿਆ ਜਾਂਦਾ, ਜੀਵਨ ਬਾਅਦ ਚ। ਸੋ ਬਾਣੀ ਦਾ ਇੱਕ ਇੱਕ ਅੱਖਰ ਆਪਾਂ ਨੂੰ ਇਹੋ ਸਮਝਾਉਂਦਾ ਕਿ ਪ੍ਰਾਣੀ ਤੋਂ ਆਇਆ ਲਾਹਾ ਲੈ ਲੱਗਾ ਕਿਤ ਪਕੜੇ ਸਭ ਮੁਕਦੀ ਚੱਲੀ ਰਹਿਣ ਗੁਰੂ ਸਵਾਰੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ। ਜਿਹੜਾ ਵੀ ਜੀਵ ਇਸ ਬਾਣੀ ਸੰਸਾਰ 'ਤੇ ਆਇਆ ਸਭ ਨੇ ਆਪੋ ਆਪਣੀ ਵਾਰੀ ਤੁਰ ਜਾਣਾ। ਵਿਛੜੀ ਹੋਈ ਰੂਹ ਸਰਦਾਰ ਕੁਲਵੰਤ ਸਿੰਘ ਜੀ, ਜਿਹਨਾਂ ਨੂੰ ਸਤਿਗੁਰੂ ਜੀ ਨੇ ਜਿਤਨੇ ਸਵਾਸ ਬਖਸ਼ਿਸ਼ ਕੀਤੇ ਉਹਨਾਂ ਨੂੰ ਭੋਗ ਲਏ ਗੁਰੂ ਸਵਾਰੀ ਗੁਰੂ ਚਰਨਾਂ ਵਿੱਚ ਜਾ ਬਣਾ ਕੇ ਉਹਨਾਂ ਦੇ ਨਿਮਿਤ ਸਮੂਹ ਪਰਿਵਾਰ ਨੇ ਰੱਬੀ ਬਾਣੀ ਅਕਾਲੀ ਬਾਣੀ ਦੇ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ ਦੇ ਮਹਾਂਮੁਲ ਕੰਮ ਸਾਰ ਗੁਰਬਾਣੀ ਕੀਰਤਨ ਦਾ ਪ੍ਰਵਾਨ ਗੁਰੂ ਸਵਾਰ ਕਰਵਾਉਣਾ ਕੀਤਾ। ਇਹ ਬਾਣੀ ਦਾ ਪ੍ਰਭਾਵ ਗੁਰੂ ਸਵਾਰੇ ਉਸ ਵਿਛੜੀ ਹੋਈ ਰੂਹ 'ਤੇ ਹੈ ਹੀ, ਅਤੇ ਆਪਾਂ ਨੂੰ ਸਮਝਾਉਣਾ ਕਰਦੀ ਹੈ ਕਿ ਭਈ ਪ੍ਰਾਪਤ ਮਾਨੁੱਖ ਦੇ ਹੋ ਰਹੀ ਹੈ ਗੋਬਿੰਦ ਮਿਲਣ ਕੀ ਅਤੇ ਤੇਰੀ ਬਰੀਆ ਗੁਰੂ ਸਵਾਰੇ ਇਹੀ ਮਨੁੱਖਾਂ ਦੇ ਹੀ ਹੈ। ਉਸ ਪ੍ਰਭੂ ਪਰਮਾਤਮਾ ਨਾਲ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਣ ਦੀ ਰਿਆਸੀ ਤੱਕ ਜੋ ਨਾ ਹੋਰ ਵੀ ਨੇ ਗੁਰੂ ਸਿੱਖਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਜੇਬਾਂ 'ਤੇ ਦਿੱਤੀ ਪਰ ਬੋਲਣ ਦੀ ਦਾਤ ਨਹੀਂ ਬਖਸ਼ੀ, ਅਤੇ ਇੱਕੋ ਇੱਕ ਮਨੁੱਖਾਂ ਦੇ ਹੀ ਹੈ ਜਿਹਨੂੰ ਬੋਲਣ ਦੀ ਦਾਤ ਬਖਸ਼ੀ। ਸੋ ਇਹਨੂੰ ਆਪਾਂ ਅਜਾਈ ਨਾ ਗਵਾਈਏ, ਜਿੰਨਾ ਵੀ ਹੋ ਸਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਇਸ ਰਸਨਾ ਨਾਲ ਗੁਣਗਾਨ ਗਾਈਏ ਤਾਂ ਜੋ ਇਹ ਲੋਕ ਸੁਖੀਆ ਪੁਰਲੇ ਪ੍ਰਲੋਕ ਸੁਹੇਲਾ ਹੋ ਜਾਵੇ। ਗੁਰੂ ਸਵਾਰੇ ਇੱਕ ਪਾਵਨ ਸ਼ਬਦ ਦੀ ਹਾਜ਼ਰੀ ਹੋ, ਉਸ ਤੋਂ ਬਾਅਦ ਖਿਮਾ ਦੁਜਾਇਜ ਕੋਨਾ ਆਓ ਸਾਰੇ ਜਣੇ ਅਰਦਾਸ ਕਰੀਏ ਸਤਿਗੁਰੂ ਜੀ ਜਿਉਂ ਹੋਵੇ ਸਾਹਿਬ ਸਿੰਘ ਮੇਲ ਇਹ ਪਾਵਨ ਸ਼ਬਦ ਕਹਿੰਦੇ ਖਿਮਾ ਦੁਜਾਇਜ ਕੋਨਾ। ਦੇਖੋ ਸਜਣ ਅਸੀਸ ਜੋ ਹੋਵੇ ਸਾਹਿਬ ਸੋਮੇ Thank you.
So
ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰ। ਗੁਰੂ ਸਾਹਿਬ ਗੁਰਬਾਣੀ ਕੀਰਤਨ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਸਾਸ ਬਖਸ਼ਣ ਯੋਗ ਇਤਨੀ ਸੇਵਾ ਪ੍ਰਵਾਨ ਕਰੋ। ਆਓ ਸਭ ਜਣੇ ਰਲ ਮਿਲ ਕੇ ਅਨੰਦ ਸਾਹਿਬ ਜੀ ਦਾ ਪਾਠ ਕਰੀਏ। ਰਾਮ ਕਲੀ ਮਹਲਾ ਤੀਜਾ ਅਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਵਿਆ ਬਿੰਦਾ ਸਤਿਗੁਰੂ ਮੈਂ ਪਾਇਆ ਸਤਿਗੁਰੂ ਪਾਇਆ ਸਹਿ ਸਿੱਧੀ ਮੰਨ ਗਿਆ ਬਣਾਇਆ ਰਾਮ ਪਰਿਵਾਰ ਭਰ ਗਿਆ ਸ਼ਬਦ ਦਾ ਬਣਾਇਆ ਸ਼ਬਦ ਗੁਰ ਦਾ ਗੁਰਾਈ ਮੇਰਾ ਮਨ ਨਹੀਂ ਵਸਾਇਆ ਕਹਿ ਨਾ ਗਵੰਦ ਹੋ ਸਤਿਗੁਰੂ ਮੈਂ ਪਾਇਆ ਏ ਮਨ ਸਹਾਇ ਵਾ
ਦਰਬਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਨਿਤ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲੁਹਾਈਆਂ ਚੱਕੜੀਆਂ ਤੇ ਜੜੇ ਆਰਿਆਂ ਨਾਲ ਖੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਸਨ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਹੈ ਦੇਖ ਤੇਗ ਹੋਦੇ ਮਿਰਦ ਕੀ ਪੈਰ ਪੰਥ ਕੀ ਜੀ ਸ਼੍ਰੀ ਸਰ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਦਾ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਸੁਨਾਨ ਚੌਂਕੀਆਂ ਝੰਡੇ ਰੁਗੇ ਜੁਗੋ ਜੁਗ ਅਕਾਲ ਧਰਮ ਕਾ ਜੈ ਕਾ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਲ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਮਾਣਿਆ ਦੇ ਮਾਣ ਨਿਤਾਣਿਆ ਦੇ ਤਾਣ ਨਿਓਟਿਆਂ ਦੀ ਓਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀਓ ਹੇ ਅਕਾਲ ਪੁਰਖ ਵਾਹਿਗੁਰੂ ਦੇ ਤਾਰ ਪਿਤਾ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋ ਜਿਹੜੀ ਜਿਹਾ ਜੀ ਲਿਖਿਆ ਤੇਰਾ ਹੁਕਮ ਕਮਾਏ ਕੱਲੈ ਆਵੇ ਨਾਨਕਾ ਸਦੈ ਉੱਠੀ ਜਾਏ ਮਾਵਾ ਕਾਨਸਾਰ ਅਰ ਅਬਰੀ ਦੇ ਧਰ ਧਰ ਦੇ ਸੇਵਕ ਸਰਦਾਰ ਕੁਲਵੰਤ ਸਿੰਘ ਜੀ ਦਿੱਤੇ ਹੋਏ ਸਵਾਸਾਂ ਨੂੰ ਭੋਗਦਿਆਂ ਜੀਵਨ ਆਜ ਪੂਰਨ ਕਰ ਆਪ ਜੀ ਦੇ ਚਰਨਾਂ ਚ ਜਾ ਵਿਰਾਜੇ ਪਰਿਵਾਰ ਨੇ ਭਾਣਾ ਮਨ ਆਪ ਜੀ ਦਾ ਉਰ ਆਸਰਾ ਲਿਆ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਸੰਗਤ ਰੂਪ ਵਿੱਚ ਅੰਤਿਮ
ਗੁਰਮਤ ਵਿਚਾਰਾਂ ਹੋਈਆਂ, ਅਨੰਤ ਸੱਚੇ ਪੌੜੀਆਂ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਸੁਣਨ ਦਾ, ਸੇਵਾ ਸਿਮਰਨ ਕਰਨ ਦਾ ਬਲ ਬੁਸ਼ਾ ਬਖਸ਼ਣਾ, ਪਰਿਵਾਰ ਵੱਲੋਂ ਸੰਗਤ ਵੱਲੋਂ ਪੜ੍ਹੀ ਸੁਣੀ ਬਾਣੀ ਦਾ ਭਾਵ, ਕੀਤੀ ਹੋਈ ਸੇਵਾ ਦਾ ਭਾਵ, ਵਿਛੜੀ ਹੋਈ ਆਤਮਾ ਨੂੰ ਬਖਸ਼ਣਾ, ਗੁਣਾ ਔਗੁਣਾ ਨੂੰ ਅੱਜ ਤਾਰਦਿਆਂ ਹੋਇਆ ਆਵਾਗਾਉਣ ਦੇ ਚੱਕਰਾਂ ਤੋਂ ਬਚਾ ਕੇ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੇ ਸਿਰ ਤੇ ਮੇਰ ਕਰਿਆ ਰੱਖਣਾ, ਅਸਹਿ ਤੇ ਅਕਹਿ ਪਹਾੜਾਂ ਬਣਨ ਦੀ ਬਲਵਤ ਸਮਰਥਾ ਬਖਸ਼ਣੀ, ਚੜ੍ਹਦੀਆਂ ਕਲਾ ਬਖਸ਼ਣੀਆਂ, ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੋਹਣੇ ਰੁਮਾਲਾ ਸਭਾ ਜਾਣੇ ਅੰਗੀਕਾਰ ਕਰੋ, ਸੇਵਕਾਂ ਦੀ ਲੋਕ ਪ੍ਰਲੋਕ ਪਦ ਰੱਖਣੀ, ਕੜਾਹ ਪ੍ਰਸ਼ਾਦੀ ਦੇ ਬਹਾਦਰ ਹੈ, ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਤ ਸੰਗਤ ਦੀ ਅਸਮੀ ਲਾਇਕ ਹੋਵੇ, ਸਭੋ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਜਾਣੇ, ਦਰੋਂ ਘਰੋਂ ਗੁਰਸਿੱਖੀ ਦੀ ਦਾਰ, ਚਰਨਾ ਕਮਲਾਂ ਦੀ ਪ੍ਰੀਤ ਬਖਸ਼ਣੀ, ਇਲਾਹੀ ਗੁਰਨਾਮਾ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਉੱਚੇ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇ ਬਾਣੀ ਸਦਾ ਵਾਹਿਗੁਰੂ ਜੀ ਕੀ ਫਤਿਹ। ਰਾਣਾ ਰਾਉਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਵੰਦੈ ਧੀਰ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੋਹੀ ਮਹਲਾ ਪਹਿਲਾ, ਪਾਂਡਾ ਹੱਛਾ ਸੋਏ ਜੋ ਜਿਸ ਭਾਵ ਸੀ, ਪਾਂਡਾ ਯਤ ਮਲੀਣਾ ਤੋਤਾ ਹੱਛਾ ਨਾ ਹੋਏ ਸੀ, ਪਾਂਡਾ ਹੱਛਾ ਸੋਏ ਜੋ ਜਿਸ ਭਾਵ ਸੀ, ਪਾਂਡਾ ਯਤ ਮਲੀਣਾ ਤੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਜੀ ਪਾਏ ਸੀ, ਏਕ ਦੁਆਰੇ ਹੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਆਗੇ ਪਾਏ ਸੀ, ਜੇ ਕਰਮ ਕਮਾਏ ਤਿਹਾ ਹੋਏ ਸੀ, ਅੰਮ੍ਰਿਤ ਹਰ ਕਾ ਨਹਾਉ ਆਪ ਵਰਤਾਏ ਸੀ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ,
ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਮਾਨਸ ਕਿਆ ਵਿਚਾਰਾ ਤੈ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਹੋਵੇ ਸਾਹਿਬ ਸਿਮਦੇ ਸਤਿਗੁਰਾਂ ਦੇ ਹੁਕਮ ਅਨੁਸਾਰ ਵਿਛੜੀ ਹੋਈ ਆਤਮਾ ਨੂੰ ਕੀਰਤਨ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆ ਆਪ ਸਭ ਨੇ ਪਰਿਵਾਰ ਨਾਲ ਮਿਲ ਕੇ ਸਤਿਗੁਰਾਂ ਦੇ ਸਨਮੁੱਖ ਅਰਦਾਸ ਬੇਨਤੀ ਕੀਤੀ ਹੈ ਸਤਿਗੁਰ ਕਿਰਪਾ ਕਰ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਸਮਾਜ ਵਿੱਚ ਰਹਿ ਕੇ ਪਰਿਵਾਰ ਵਿੱਚ ਰਹਿ ਕੇ ਅਸੀਂ ਇਸ ਤਰ੍ਹਾਂ ਜਿਵੇਂ ਟਾਹਣੀ ਨਾਲੋਂ ਕੋਈ ਪੱਤਾ ਵੀ ਟੁੱਟ ਜਾਵੇ ਤੇ ਉਹ ਟਾਹਣੀ ਤੋਂ ਆਪਣੀ ਜਗ੍ਹਾ ਖਾਲੀ ਕਰ ਦਿੰਦਾ ਪਰਿਵਾਰ ਵਿੱਚੋਂ ਸਮਾਜ ਵਿੱਚੋਂ ਕਿਸੇ ਦਾ ਚਲੇ ਜਾਣਾ ਬੜੀ ਵੱਡੀ ਇੱਕ ਘਾਟ ਮਹਿਸੂਸ ਹੁੰਦੀ ਹੈ ਤੇ ਖਾਸ ਕਰਕੇ ਜਦੋਂ ਉਹ ਰਿਸ਼ਤਾ ਬਜ਼ੁਰਗਾਂ ਨਾਲ ਜੁੜਿਆ ਹੋਵੇ ਮਾਤਾ ਪਿਤਾ ਨਾਲ ਜੁੜਿਆ ਹੋਵੇ ਤੇ ਉਸ ਰਿਸ਼ਤੇ ਦੀ ਘਾਟ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਲੋਕ ਦੁਨੀਆਂ ਵਿੱਚ ਰੱਬ ਨੂੰ ਮਾਂ ਨੂੰ ਰੱਬ ਦਾ ਰੂਪ ਕਹਿੰਦੇ ਪਰ ਪਿਤਾ ਵੀ ਧਨਤਾ ਦੇ ਯੋਗ ਹੁੰਦਾ ਜਿਹਦੇ ਮੋਢਿਆਂ ਤੇ ਸਾਰਾ ਭਾਰ ਹੁੰਦਾ ਜਿਹਦੇ ਕਰਕੇ ਘਰ ਆਬਾਦ ਹੁੰਦਾ ਇੱਕ ਪਿਤਾ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਭ ਕੁਝ ਕਰਦਾ ਹੈ ਜਿਹਦੇ ਕਰਕੇ ਉਹ ਆਪਣੀ ਔਲਾਦ ਨੂੰ ਖੁਸ਼ ਵੇਖ ਸਕੇ ਸੁਖੀ ਵੇਖ ਸਕੇ ਉਹਨੂੰ ਤਰੱਕੀ ਕਰਦਿਆਂ ਵੇਖ ਸਕੇ ਉੱਪਰੋਂ ਨਾਰੀਅਲ ਦੀ ਤਰ੍ਹਾਂ ਕਠੋਰ ਦਿਖਣ ਵਾਲਾ ਪਿਤਾ ਅੰਦਰੋਂ ਠੰਡਕ ਤੇ ਮਿਠਾਸ ਨਾਲ ਭਰਿਆ ਹੁੰਦਾ ਹੈ ਉਹਦੇ ਮਨ ਵਿੱਚ ਇੱਕੋ ਇੱਕ ਆਸ ਹੁੰਦੀ ਹੈ ਜ਼ਿੰਦਗੀ ਦੇ ਉਹਨਾਂ ਰਾਹਾਂ ਤੇ ਚੱਲਦਿਆਂ ਹੋਇਆਂ ਜੋ ਦੁੱਖ ਮੈਂ ਭੋਗੇ ਨੇ ਜੋ ਮੁਸ਼ਕਲਾਵਾਂ ਦਾ ਸਾਹਮਣਾ ਮੈਨੂੰ ਕਰਨਾ ਪਿਆ ਉਹ ਮੇਰੇ ਪਰਿਵਾਰ ਨੂੰ ਨਾ ਕਰਨਾ ਪਵੇ ਇਸ ਲਈ ਕਿਸੇ ਨੇ ਕਿਹਾ ਸੀ ਨਾ ਵੀਰ ਵੀਰਾਂ ਦੇ ਦਰਦੀ ਹੁੰਦੇ ਵੀਰ ਵੀਰਾਂ ਦੀਆਂ ਬਾਹਾਂ ਬਾਪ ਸਿਰਾਂ ਦੇ ਤਾਜ ਨੇ ਹੁੰਦੇ ਤੇ ਮਾਵਾਂ ਠੰਡੀਆਂ ਸ਼ਾਮ ਜਿੰਨਾ ਚਿਰ ਪਿਤਾ ਦਾ ਸਾਇਆ ਸਿਰ ਤੇ ਵੇ ਇੰਝ ਲੱਗਦਾ ਹੈ ਸੰਸਾਰ ਵਿੱਚ ਸਾਹਮਣੇ ਪਈਆਂ ਹੋਈਆਂ ਸਾਰੀਆਂ ਚੀਜ਼ਾਂ ਮੇਰੀਆਂ ਨੇ ਜਿਹਦੇ ਤੇ ਉਂਗਲੀ ਕਰ ਦਿੱਤੀ ਉਹੀ ਉਹ ਮੈਨੂੰ ਪਿਤਾ ਨੇ ਲੈ ਕੇ ਦੇਣੀ ਤੇ ਪਿਤਾ ਦੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਤੇ ਸੱਚਮੁੱਚ ਪਰਿਵਾਰ ਵਿੱਚੋਂ ਬਜ਼ੁਰਗਾਂ ਦਾ ਚਲੇ ਜਾਣਾ ਇੱਕ ਬਹੁਤ ਵੱਡਾ ਘਾਟਾ ਹੈ ਜਿਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਪਰਿਵਾਰ ਨੇ ਆਪ ਸਭ ਨਾਲ ਮਿਲ ਕੇ ਸੰਗਤ ਰੂਪ ਵਿੱਚ ਅਰਦਾਸ ਬੇਨਤੀ ਕੀਤੀ ਹੈ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਤੇ ਰਾਜਨੀਤਿਕ ਜਾਤਕ ਜਥੇਬੰਦੀਆਂ ਦੇ ਆਗੂ ਪਹੁੰਚੇ ਨੇ ਪਰਿਵਾਰ ਵੱਲੋਂ ਅਸੀਂ ਸਾਰਿਆਂ ਨੂੰ ਜੀਆਂ ਆਖਦੇ ਹਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੁੱਖ ਦੀ ਇਸ ਘੜੀ ਵਿੱਚ ਆ ਕੇ ਪਰਿਵਾਰ ਦੇ ਦੁੱਖ ਨੂੰ ਸਾਂਝਾ ਕੀਤਾ ਹੈ ਵੰਡਾਉਣ ਦਾ ਯਤਨ ਕੀਤਾ ਹੈ ਤੇ ਵਿਛੜੀ ਹੋਈ ਆਤਮਾ ਦੇ ਨਿਮਿਤ ਅਰਦਾਸ ਬੇਨਤੀ ਕੀਤੀ ਹੈ ਰਾਮਗੜੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਸਾਹਿਬ ਸਰਦਾਰ ਰਣਜੋਤ ਸਿੰਘ ਜੀ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਜੀ ਲੋਟੇ ਕੈਸ਼ੀਅਰ ਸਾਹਿਬ ਸਰਦਾਰ ਮਕੀਤ ਸਿੰਘ ਜੀ ਸਾਰੇ ਵਿਅਕਤੀ ਨੇ ਇੱਕ ਦਸਤਾਰ ਜੋ ਗੁਰਦੁਆਰਾ ਸਾਹਿਬ ਵੱਲੋਂ ਰਾਮਗੜੀਆ ਐਜੂਕੇਸ਼ਨ ਕੌਂਸਲ ਵੱਲੋਂ ਪਰਿਵਾਰ ਵਿੱਚੋਂ ਸਰਦਾਰ ਕੁਲਵੰਤ ਸਿੰਘ ਜੀ ਦੇ ਵੱਡੇ ਬੇਟੇ ਨੂੰ ਦਿੱਤੀ ਜਾਣੀ ਹੈ ਸੋ ਮੈਂ ਬੇਨਤੀ ਕਰਾਂਗਾ ਸਰਦਾਰ ਰਣਜੋਤ ਸਿੰਘ ਜੀ ਨੂੰ ਪ੍ਰਧਾਨ ਸਾਹਿਬ ਰਾਮਗੜੀਆ ਐਜੂਕੇਸ਼ਨ ਕੌਂਸਲ
ਉਹ ਦਸਤਾਰ ਸਾਹਿਬ ਕੁਰਮਾਨ ਸਿੰਘ ਜੀ ਦੇ ਬੇਟੇ ਨੂੰ ਦੇਣ। ਸੋ ਨਿਹਾਲ ਜੋ ਜ਼ਿੰਮੇਵਾਰੀਆਂ ਅੱਜ ਤੱਕ ਸਰਦਾਰ ਕੁਰਮਾਨ ਸਿੰਘ ਜੀ ਨੇ ਨਿਭਾਈਆਂ, ਅੱਜ ਤੋਂ ਬਾਅਦ ਇਹ ਜ਼ਿੰਮੇਵਾਰੀਆਂ ਚਾਹੇ ਪਰਿਵਾਰਕ ਨੇ, ਸਮਾਜਿਕ ਨੇ, ਚਾਹੇ ਦੁਨਿਆਵੀ ਕੋਈ ਵੀ ਜ਼ਿੰਮੇਵਾਰੀਆਂ ਨੇ, ਸਤਿਗੁਰਾਂ ਦੀ ਹਜ਼ੂਰੀ ਵਿੱਚ ਆਪ ਸਭ ਸੰਗਤ ਦੀ ਅਰਦਾਸ ਹੈ ਵੀ ਉਹ ਜ਼ਿੰਮੇਵਾਰੀਆਂ ਨੂੰ ਇਹ ਨਿਭਾ ਸਕਣ। ਪਰਿਵਾਰ ਇਸੇ ਤਰ੍ਹਾਂ ਇਕੱਠਾ ਹੋ ਕੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਦਾ ਰਹੇ। ਗੁਰਬਾਣੀ ਇਸ ਵੱਲ ਤੇ ਸਾਨੂੰ ਹੌਸਲਾ ਦਿੰਦੀ ਹੈ। ਜਾਣਾ ਸਭ ਨੇ ਇਸ ਦੁਨੀਆਂ ਤੋਂ ਚਲੇ ਜਾਣਾ ਹੈ, ਪਰ ਯਾਦਾਂ ਸਾਡੇ ਨਾਲ ਸਾਡੇ ਕੋਲ ਰਹਿ ਜਾਂਦੀਆਂ ਨੇ। ਉਹਨਾਂ ਯਾਦਾਂ ਨੂੰ ਹਿਰਦੇ ਵਿੱਚ ਸਮੋ ਕੇ ਅਸੀਂ ਬਜ਼ੁਰਗਾਂ ਦੇ ਦੱਸੇ ਹੋਏ ਕਦਮਾਂ ਤੇ ਚੱਲਣ ਦਾ ਯਤਨ ਕਰਦੇ ਹਾਂ। ਪਰਿਵਾਰ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ। ਨਾਲ ਹੀ ਨਿਮਰਤਾ ਸਾਹਿਬ ਬੇਨਤੀ ਹੈ, ਗੁਰੂ ਕੇ ਲੰਗਰ ਤਿਆਰ ਹਨ, ਆਪ ਸਭ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਉਪਰੰਤ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇਸ ਸਮੇਂ ਤੇ ਸੋਗਮਤਾ ਪਹੁੰਚਿਆ ਹੈ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਕ੍ਰਿਸ਼ਨਾ ਕਲੋਨੀ ਰਾਹੋਂ ਰੋਡ ਲੁਧਿਆਣਾ ਤੋਂ। ਪਰਿਵਾਰ ਵੱਲੋਂ ਬੇਅੰਤ ਮਾਇਆ ਧਾਰਮਿਕ ਕਾਰਜਾਂ ਵਾਸਤੇ ਦਿੱਤੀ ਗਈ ਹੈ। ਗੁਰਦੁਆਰਾ ਗੁਰੂ ਵਿਹਾਰ ਵਾਸਤੇ, ਸ਼ਮਸ਼ਾਨ ਘਾਟ ਲਈ, ਬਾਬਾ ਵਿਸ਼ਵਕਰਮਾ ਮੰਦਿਰ ਵਾਸਤੇ ਤੇ ਨਾਲ ਸਿੰਘ ਸ਼ਹੀਦ ਬੰਗਲੇ ਵਾਸਤੇ ਇਹ ਮਾਇਆ ਦਿੱਤੀ ਗਈ। ਪਰਿਵਾਰ ਵੱਲੋਂ ਜੇ ਕੋਈ ਵੀ ਸੱਜਣ ਸੰਸਥਾ ਨਾਲ ਸੰਬੰਧ ਰੱਖਣ ਵਾਲਾ ਇੱਥੇ ਬੈਠਾ ਹੋਵੇ, ਪਰਿਵਾਰ ਵੱਲੋਂ ਆ ਕੇ ਇਹ ਮਾਇਆ ਲੈ ਸਕਦਾ ਹੈ। ਪਰਿਵਾਰ ਦੇ ਵਿੱਚੋਂ 5-7 ਮੈਂਬਰਾਂ ਨੂੰ ਬੇਨਤੀ ਹੈ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਉਪਰੰਤ ਆਪ ਸਭ ਨੇ 5-7 ਜਣਿਆਂ ਨੇ ਸਟੇਜ 'ਤੇ ਆ ਜਾਣਾ ਹੈ ਤਾਂ ਜੋ ਸਤਿਗੁਰਾਂ ਦੀ ਸਵਾਰੀ ਸਤਿਕਾਰ ਅਤੇ ਸ਼ਰਧਾ ਦੇ ਨਾਲ ਨਿੱਜ ਸਥਾਨ 'ਤੇ ਲਿਜਾ ਸਕੀਏ। ਫਿਰ ਇੱਕ ਵਾਰੀ ਆਪ ਸਭ ਸੰਗਤਾਂ ਨੂੰ ਬੇਨਤੀ, ਕੜਾਹ ਪ੍ਰਸ਼ਾਦ ਦੀ ਦੇਗ ਲੈਣ ਉਪਰੰਤ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਗਲਤੀਆਂ ਦੇਖੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।